ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕਿਵੇਂ ਹੋ ਸਾਰੇ? ਠੀਕ ਠਾਕ, ਤੰਦਰੁਸਤ? ਸਵਾਗਤ ਹੈ ਤੁਹਾਡਾ ਨੂਰ ਵਲੌਗ ਚੈਨਲ 'ਤੇ। ਸ਼ਾਮ ਦਾ ਟਾਈਮ ਹੋ ਗਿਆ ਜੀ, ਤਕਰੀਬਨ 2:30 ਵੱਜ ਗਏ। ਹੁਣ ਆਏ ਨੇ ਬੱਚੇ ਸਕੂਲੋਂ, ਅਤੇ ਜਸ਼ ਆਈ ਆ, ਹੁਣ ਇਹਦਾ ਆਇਆ 5ਵੀਂ ਦਾ ਰਿਜ਼ਲਟ, ਇਹ ਆਈ ਆ ਆਪਣੀ ਥਰਡ ਪੁਜੀਸ਼ਨ 'ਤੇ ਸਕੂਲ ਦੇ ਵਿੱਚੋਂ, ਹੈ ਨਾ। ਤੁਸੀਂ ਵੀ ਸਾਰੇ ਜਾਣੇ ਮੇਰੀ ਬੇਟੀ ਨੂੰ ਕੰਗਰੈਚੁਲੇਸ਼ਨ ਦਿਓ, ਹੈ ਨਾ, ਅਤੇ ਅੱਗੇ ਵੀ, ਹੈ ਨਾ, ਵੀ ਇਸੇ ਤਰ੍ਹਾਂ ਹੀ, ਹੈ ਨਾ, ਮੇਰੇ ਜਿਹੜੇ ਬੱਚੇ ਨੇ ਵੀ ਪੜ੍ਹਾਈ ਦੇ ਵਿੱਚ, ਹੈ ਨਾ, ਅੱਵਲ ਆਉਣ। ਅਤੇ ਜਸ਼ ਦਾ ਵੀ ਰਿਜ਼ਲਟ ਵਧੀਆ ਆ ਗਿਆ, ਨੂਰ ਦਾ ਵੀ ਅਤੇ ਵੱਡੀ ਬੇਟੀ ਦਾ ਵੀ। ਬਸ ਹੁਣ ਵੱਡੀ ਬੇਟੀ ਨੂੰ ਇੱਦਾਂ ਕਿਹਾ, ਮੈਂ ਕਿਹਾ ਤੇਰੀ 10ਵੀਂ ਦੀ ਪੜ੍ਹਾਈ ਹੈ ਵੀ, ਹੁਣ ਬੇਟਾ ਵੀ ਤੂੰ ਰੱਜ ਕੇ, ਹੈ ਨਾ, ਵੀ ਪੜ੍ਹ ਹੁਣ, ਵੀ ਪੂਰੀ ਉਹਦਾ ਪੜ੍ਹਾਈ 'ਚ ਮਨ ਲਗਾ ਕੇ, ਹੈ ਨਾ, 10ਵੀਂ 'ਚੋਂ ਵੀ ਵਧੀਆ ਨੰਬਰ ਲੈ ਕੇ ਆ। ਮੇਨ 10ਵੀਂ 8ਵੀਂ ਦਾ ਹੁੰਦਾ, ਹੈ ਨਾ, ਅਤੇ ਬਾਕੀ ਜੇ ਬੱਚਾ ਸ਼ੁਰੂ ਤੋਂ, ਹੈ ਨਾ, ਵਧੀਆ ਚੱਲੂਗਾ ਤਾਂ ਸ਼ੁਰੂ ਤੋਂ ਹੀ, ਹੈ ਨਾ, ਹੁੰਦਾ ਵੀ ਜੇ ਨਿਓ ਮਜ਼ਬੂਤ ਆ ਤਾਂ, ਹੈ ਨਾ, ਆਪਦੇ ਆਪ ਹੀ ਉੱਪਰੋਂ ਆਪਦੇ ਆਪ ਉਹ ਹੁੰਦਾ। ਜਦੋਂ ਆਪਾਂ ਸ਼ੁਰੂ ਤੋਂ ਬੱਚਾ ਪੜ੍ਹਾਈ 'ਚ ਹੋ ਦਿੰਦਾ ਤਾਂ ਅੱਗੇ ਵੀ ਪੜ੍ਹਾਈ 'ਚ ਉਹਦਾ ਮਨ ਆ ਜਿਹੜਾ ਉੱਦਾਂ ਹੀ ਲੱਗਦਾ, ਅਤੇ ਓਨਾ ਹੀ ਵਧੀਆ ਉਹਦਾ ਰਿਜ਼ਲਟ ਆਉਂਦਾ ਗਾ। ਅਤੇ ਅੱਜ ਜਸ਼ ਆਪਣੀ ਬਹੁਤ ਜ਼ਿਆਦਾ ਖੁਸ਼ ਆ, ਬਹੁਤ ਨਾਲੇ ਆਪਣੇ ਆ ਰਹੇ ਨੇ ਗੈਸਟ, ਮੈਂ ਤੁਹਾਨੂੰ ਵੀ ਮਿਲਵਾਊਂਗੀ ਵੀ ਆਪਣੇ ਕੌਣ ਆ ਰਿਹਾ, ਹੈ ਨਾ, ਅਤੇ ਬਹੁਤ ਜ਼ਿਆਦਾ ਖੁਸ਼ੀ ਆ ਬੱਚਿਆਂ ਨੂੰ ਵੀ ਅਤੇ ਮੈਨੂੰ ਵੀ ਕੌਣ ਆ ਰਹੇ ਨੇ। ਲਓ ਜੀ, ਚਾਹ ਪਾਣੀ ਆਪਾਂ ਨੇ ਬਣਾ ਲਿਆ, ਹੁਣ ਇਹਨੂੰ ਆਪਾਂ ਚਾਹ ਪਾਣੀ ਦਿੰਦੇ ਹਾਂ। ਅਤੇ ਨਾਲੇ ਮੈਂ ਲੱਗਦੀ ਹੁਣ ਸਿਲਾਈ 'ਤੇ ਮਸ਼ੀਨ ਤਾਂ ਮੈਂ ਲਾ ਕੇ ਰੱਖ ਲਈ, ਬਸ ਮੈਂ ਲੱਗਦੀ ਹੈਗੀ ਹੁਣ। ਪਹਿਲਾਂ ਨੂਰ ਨਾਲ ਲੱਗੀ ਰਹੀ, ਹੁਣ ਨੂਰ ਉੱਧਰ ਗਈ ਹੈਗੀ। ਹਾਂਜੀ, ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ, ਤਕਰੀਬਨ 4 ਦਾ ਟਾਈਮ ਹੋਇਆ ਸੀ। ਮੈਂ ਬੱਚਿਆਂ ਨੂੰ ਚਾਹ ਵਗੈਰਾ, ਬਸ ਰੋਟੀ ਵਗੈਰਾ ਖਵਾਤੀ ਸੀਗੀ, ਸਕੂਲੋਂ ਆਈਆਂ ਸੀ ਉਹ ਦੋਨੇ ਬੇਟੀਆਂ ਵੱਡੀਆਂ। ਅਤੇ ਨੂਰ ਆਪਣੀ ਸਕੂਲ ਨਹੀਂ ਗਈ ਸੀ, ਇਹਨੂੰ ਹਲੇ ਛੁੱਟੀਆਂ ਨੇ, ਇਹਨੇ ਜਾਣਾ ਸਕੂਲ 5 ਤਰੀਕ ਨੂੰ। ਇਹਨਾਂ ਦੀਆਂ ਕਲਾਸਾਂ ਹਲੇ ਨਹੀਂ ਲੱਗਣ ਲੱਗੀਆਂ ਹੈਗੀਆਂ, ਸਕੂਲ ਨਹੀਂ ਲੱਗਣ ਲੱਗਿਆ ਇਹਨਾਂ ਦਾ। ਅਤੇ ਮੈਂ ਇੱਥੇ ਬਸ ਮਸ਼ੀਨ ਰੱਖ ਆਪਦਾ ਲੱਗੀ ਸੀਗੀ, ਮੈਂ ਸੂਟ ਸਿਲਾਈ ਕਰਨ। ਅਤੇ ਸਭ ਤੋਂ ਪਹਿਲਾਂ ਮੇਰੀ ਆਦਤ ਆ ਵੀ ਮੈਂ ਹਮੇਸ਼ਾ ਸਲਵਾਰ ਸਿਲਾਈ ਕਰਦੀ ਹੁੰਦੀ ਹਾਂ, ਬਸ ਮੈਂ ਇੱਥੇ ਸਲਵਾਰ ਲੱਗੀ ਹੋਈ ਸੀ ਸਿਲਾਈ ਕਰਨ। ਇਹ ਖੁਦ ਮੇਰਾ ਆਪਣਾ ਹੀ ਸੂਟ ਸੀਗਾ, ਯਾਨੀ ਵਾਈਟ ਕਲਰ ਦਾ ਸੀਗਾ, ਮੈਂ ਸੁਣ ਦਿਖਾਇਆ ਵੀ ਸੀ ਜਿਹੜਾ ਮੈਂ ਲੈ ਕੇ ਆਈ ਸੀ ਮਲੇਰਕੋਟਲੇ ਤੋਂ, ਉਹ ਵਾਲਾ ਸੂਟ ਸੀਗਾ ਇਹ। ਹਾਂਜੀ, ਸਲਵਾਰ ਮੈਂ ਅੱਧੀ ਕੁ ਸਿਲਾਈ ਕਰ ਲਈ, ਯਾਨੀ ਮੂਰੀਆਂ ਸੀਗੀ, ਇੱਕ ਮੂਰੀ ਹੋ ਗਈ, ਇੱਕ ਮੂਰੀ ਅੱਧੀ ਰਹਿ ਗਈ। ਅਤੇ ਬਸ ਹੁਣੀ ਮੇਰੀ ਯਾਨੀ ਜਿਨ੍ਹਾਂ ਨੇ ਆਪਣੇ ਆਉਣਾ, ਮੈਂ ਤੁਹਾਨੂੰ, ਹੈ ਨਾ, ਸਰਪ੍ਰਾਈਜ਼ ਹੀ ਦਊਂਗੀ। ਜਿਨ੍ਹਾਂ ਨੇ ਆਉਣਾ, ਹੈ ਨਾ, ਉਹਨਾਂ ਨੇ ਫੋਨ ਕਰ ਦਿੱਤਾ, ਕਹਿੰਦੇ ਅਸੀਂ ਤੁਰੇ ਹੋਏ ਹਾਂਗੇ। ਅਤੇ ਮੈਂ ਕਿਹਾ ਚਲੋ ਇੰਨੀ ਆਪਦੀ ਸੈਟਿੰਗ ਕਰਦੀ ਹੈ, ਹੈ ਨਾ, ਕਰਦੀ ਥੋੜ੍ਹੀ ਮੋਟੀ। ਅਤੇ ਸਲਵਾਰ ਤਾਂ ਚਲੋ ਜਦੋਂ ਲੈਟ ਆਈ ਆਪਾਂ ਉਦੋਂ ਲੱਗਾਂਗੇ ਮਸ਼ੀਨ 'ਤੇ। ਇੱਧਰ ਬੱਚੇ ਦੇਖੋ ਕਿਵੇਂ ਮਸਤੀ ਲੱਗੇ ਪਏ ਨੇ, ਕਾਹੋਰ ਇਹਨੂੰ ਬਹੁਤ ਜ਼ਿਆਦਾ ਚਾਹ ਚੜਿਆ ਹੋਇਆ ਨੂਰ ਨੂੰ। ਅਤੇ ਇੱਧਰੋਂ ਮੇਰੇ ਕਿਚਨ 'ਚ ਮੇਰੇ ਬਰਤਨ ਵਗੈਰਾ ਪਏ ਨੇ, ਆਪਾਂ ਇਹ ਸਮੇਟ ਲਈਏ ਅਤੇ ਨਾਲੇ ਕੋਈ ਦਾਲ ਸਬਜ਼ੀ ਦਾ ਕਰ ਲਈਏ, ਹੈ ਨਾ। ਟਾਈਮ ਮੈਨੂੰ ਲੱਗਦਾ ਸ਼ਾਇਦ 5:30 ਦਾ ਹੋਇਆ ਪਿਆ। ਅਤੇ ਰੂਮ 'ਚ ਆਪਣੇ ਸੈਟ ਹੈਗਾ, ਅਤੇ ਬਸ ਆਪਾਂ ਦੇਖਦੇ ਵੀ ਬੈੱਡ ਸ਼ੀਟ ਚੇਂਜ ਕਰ ਦਈਏ, ਕੱਲੀ ਬੈੱਡ ਸ਼ੀਟ ਚੇਂਜ ਕਰ ਦਈਏ ਆਪਾਂ। ਅਤੇ ਹਾਂ ਦੇਖ ਨੂਰ ਇੱਧਰ, ਹੈਲੋ ਦੇਖੀ, ਓਏ 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 ਓਏ, ਹੈਲੋ ਕਰੋ ਨੂਰ, ਉਹ ਭੱਜ ਗਿਆ ਨੂਰ ਤਾਂ, ਉਹ ਵੀ ਬਾਹਲੀ ਜ਼ਿਆਦਾ ਮਸਤੀ ਕਰਦੀ ਹੈ ਤਾਂ। ਅਤੇ ਹਾਂ, ਸੁਬਾਹ ਭੱਜ ਗਏ, ਦੇਖੋ ਹੁਣ ਨਾ ਉਹ ਟਰੈਕਟਰ 'ਤੇ ਲੱਗੀ ਹੋਈ ਆ, ਐਂ ਰੁੜੀ ਫਿਰਦੀ ਹੈ ਇਹ। ਚਲੋ ਜੀ, ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਚੈਨਲ ਨੂੰ ਜੀ। ਜੇਕਰ ਆਇਓ ਫਸਟ ਟਾਈਮ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ। ਬਣੇ ਰਹੋ ਆਪਣੇ ਬਲੌਗ ਦੇ ਨਾਲ। ਹਾਂਜੀ, ਇੱਥੇ ਅੱਗੇ ਲੱਗ ਗਏ ਸੀ ਅਸੀਂ ਬਸ 'ਚ ਗੈਸਟ ਦੇ ਆਉਣ ਦੀ ਤਿਆਰੀ ਕਰਨ। ਜ਼ਿਆਦਾ ਕੁਛ ਨਹੀਂ ਸੀਗੀ ਤਾਂ ਬਸ ਬੈੱਡ ਸੀਟ ਸੀਗੀ ਮੇਰੀ ਵੀ, ਉਹ ਵਿਛਾਈ ਤਾਂ ਵੈਸੇ 3-4 ਦਿਨ ਹੀ ਹੋਏ ਸੀਗੇ ਵਿਛਾਈ ਨੂੰ ਤਾਂ। ਅਤੇ ਬਸ ਹੁਣ ਖਾਣਾ ਵਗੈਰਾ ਵੀ ਨਹੀਂ, ਆਪਾਂ ਇੱਥੇ ਬੈੱਡ 'ਤੇ ਬਹਿ ਕੇ ਖਾਂਦੇ ਹੈਗੇ, ਅਸੀਂ ਗੱਦਾ ਨੀਚੇ ਵਿਛਾ ਲੈਂਦੇ ਹਾਂ, ਹੈ ਨਾ, ਉਹ ਵਾਲਾ, ਅਤੇ ਉਹਦੇ ਉੱਪਰ ਬਹਿ ਕੇ ਜਿਹੜਾ ਖਾਣਾ ਗਾ ਉਹਦੇ ਉੱਪਰ ਬਹਿ ਕੇ ਖਾਂਦੇ ਹੈਗੇ। ਬਸ ਇੱਦਾਂ ਸੀਗਾ, ਚਾਦਰ ਵੀ ਥੋੜ੍ਹਾ ਜਿਹਾ ਬੱਚੇ ਪੈਰ ਪੂਰ ਲੈ ਕੇ ਚੜ੍ਹਦੇ ਆ ਨਾ, ਵੀ ਗੰਦੀ ਜਿਹੀ ਲੱਗਦੀ ਹੈ, ਵੀ ਚਲੋ ਆਪਾਂ ਜਿਹੜੀ ਬੈੱਡ ਸ਼ੀਟ ਆ ਉਹ ਚੇਂਜ ਕਰ ਦਿੰਦੇ ਹਾਂ।
ਅਤੇ ਬਸ ਇੱਥੇ ਮੈਂ ਉਹੀ ਲੱਗੀ ਸੀ ਚੇਂਜ ਕਰਨ, ਅਤੇ ਇੱਥੇ ਮੇਰੀ ਗੁੜੀਆ ਬੇਟੀਆਂ ਲੱਗੀਆਂ ਨੇ ਦੋਨੋਂ ਮੇਰੀ ਹੈਲਪ ਕਰਵਾਉਣ, ਅਤੇ ਬਸ ਉਹ ਜਿਹੜੇ ਆਪਣੇ ਬੈਡਸ਼ੀਟ ਵਗੈਰਾ ਉਤਾਰੀ ਆ ਬਸ ਮਸ਼ੀਨ ਦੇ ਵਿੱਚ ਰੱਖ ਦੇਣੀ ਆ। ਮਸ਼ੀਨ ਅੱਜ ਮੈਂ ਨਹੀਂ ਸੀਗੀ ਲਗਾਈ, ਮੈਂ ਕਿਹਾ ਚਲੋ ਅਗਲੇ ਦਿਨ ਆਪਾਂ ਲਗਾ ਲਾਂਗੇ। ਅਤੇ ਸੁਬਹਾ ਤਾਂ ਹਾਂ ਸੁਬਹਾ ਮੈਂ ਜਲਦੀ ਧੋਤੇ ਸੀਗੇ, ਉੱਠ ਕੇ ਕੱਪੜੇ ਥੋੜ੍ਹੇ ਜਿਹੇ ਸੀਗੇ ਬਸ, ਉਹ ਹੁਣ ਮੈਂ ਨਹੀਂ, ਮੈਂ ਕਿਹਾ ਧੋਊਂਗੀ, ਮੈਂ ਕਿਹਾ ਚਲੋ ਆਪਾਂ ਸੁਬਹਾ ਧੋ ਲਾਂਗੇ ਜਿਹੜੇ ਬੈੱਡ ਸ਼ੀਟ ਵਗੈਰਾ ਲਈਆਂ। ਅਤੇ ਇੱਥੇ ਨੂਰ ਦੇਖੋ, ਨੂਰ ਲੱਗੀ ਹੋਈ ਆ ਆਪਣੀ ਮਸਤੀ ਕਰਨ, ਅਤੇ ਆਹ ਦੇਖੋ ਇਹ ਦੋਨੇ ਭੈਣਾਂ ਨਾਲ ਇੱਦਾਂ ਸਾਰਾ ਦਿਨ ਇਹਨਾਂ ਦਾ ਇਹੀ ਕੰਮ ਚੱਲਦਾ ਰਹਿੰਦਾ ਆਪਸ 'ਚ ਇੱਕ ਦੂਜੇ ਨਾਲ। ਅਤੇ ਲਓ ਜੀ ਜਿਹਦਾ ਸੀਗਾ ਇੰਤਜ਼ਾਰ ਉਹ ਆ ਗਿਆ ਆਪਣੇ ਘਰ, ਇਹ ਹੈਗੀ ਮੇਰੀ ਛੋਟੀ ਭੈਣ, ਅਤੇ ਇਹ ਆ ਗਏ। ਇਹ ਨਾ ਲੱਗੀ ਆ ਜਸ ਦੇ ਰਿਜ਼ਲਟ ਦੀਆਂ ਗੱਲਾਂ ਕਰਨ, ਉਹ ਵੀ ਸੁਣ ਕੇ ਨਾ ਹੈਰਾਨ ਹੋਈ ਵੀ ਹਾਂ ਬਹੁਤ ਵਧੀਆ ਪੜ੍ਹਦੀ ਆ। ਅਤੇ ਨਿੱਕਾ ਜਿਹਾ ਕਾਕੂ ਦੇਖੋ ਇਹ ਕਿਵੇਂ ਦੇਖ ਰਿਹਾ ਹੈ ਨਾ, ਅਤੇ ਇਹ ਆ ਕੇ ਨਾ ਬੱਚਿਆਂ 'ਚ ਬਹੁਤ ਜ਼ਿਆਦਾ ਖੁਸ਼ ਹੁੰਦਾ ਗਾ ਨਾ, ਬਹੁਤ ਜ਼ਿਆਦਾ ਉਹ ਹੁੰਦਾ, ਲਾਡਲਾ ਵੀ ਆ ਇਹ ਸਾਡਾ ਸਾਰਿਆਂ ਦਾ, ਅਤੇ ਛੋਟਾ ਵੀ ਆ ਨਾ ਕੁਛ ਦੂਰ ਤੋਂ ਵੀ ਛੋਟਾ ਗਾ ਇਹ। ਅਤੇ ਇਹ ਮੇਰੀ ਭੈਣ ਆ ਗਈ ਛੋਟੀ ਵਾਲੀ, ਬਸ ਇੱਥੇ ਅਸੀਂ ਗੱਲਾਂ ਬਾਤਾਂ ਲੱਗੀਆਂ ਹੋਈਆਂ ਸੀ ਕਰਨ। ਇਹ ਜਾ ਕੇ ਆਏ ਸੀ ਸਾਲਾ ਸਰ, ਉੱਥੋਂ ਲੈ ਕੇ ਆਏ ਸੀ ਕੁਛ ਸਾਡੇ ਲਈ ਗਿਫਟ, ਅਤੇ ਆਹ ਦੇਖੋ ਇਹ ਤਾਂ ਲੈ ਕੇ ਆਈ ਸੀਗੀ ਬੱਚਿਆਂ ਦੇ ਲਈ ਬਲੈਸਲੈਟ ਸੀਗੇ, ਅਤੇ ਇਹ ਨੂਰ ਅਤੇ ਆਪਣੀ ਜਸ ਲਈ ਲੈ ਕੇ ਆਏ ਸੀਗੇ ਜਵੈਲਰੀ ਬੋਕਸ ਹੈ ਨਾ। ਅਤੇ ਮੇਰੇ ਲਈ ਲੈ ਕੇ ਆਈ ਸੀਗੀ ਇਹ ਝੁਮਕੇ, ਅਤੇ ਆਹ ਦੇਖੋ ਇੱਕ ਸੂਈ ਸਾਈਡ ਸੂਈ ਹੈ ਨਾ, ਅਤੇ ਇੱਦਾਂ ਹੋ ਜਾਂਦਾ ਕਹਿੰਦੀ ਨਿਸ਼ਾਨੀ ਵਜੋਂ ਹੁੰਦਾ ਵੀ ਹਾਂ ਉੱਥੇ ਆਪਾਂ ਗਏ ਸੀ ਵੀ ਚਲੋ ਕੁਛ ਲਿਆ। ਵੈਸੇ ਤਾਂ ਇਹ ਮੇਰੇ ਤੋਂ ਬਹੁਤ ਛੋਟੀ ਆ, ਤਕਰੀਬਨ ਸਾਡਾ ਹੈਗਾ 7-8 ਸਾਲ ਦਾ ਫਰਕ ਹੈਗਾ ਗਾ ਆਪਸ ਦੇ ਵਿੱਚ, ਬਹੁਤ ਛੋਟੀ ਆ ਗਈ। ਜਿਸ ਟਾਈਮ ਮੇਰੀ ਮੈਰਿਜ ਹੋਈ ਸੀ ਸ਼ਾਇਦ ਇਹ ਪੰਜਵੀਂ ਛੇਵੀਂ 'ਚ ਸੀ ਸ਼ਾਇਦ ਪੜ੍ਹਦੀ, ਛੋਟੀ ਜਿਹੀ ਸੀਗੀ ਆਪਣੀ ਜਸ਼ਕ ਵਾਂਗੂ। ਅਤੇ ਇਹ ਲੈ ਕੇ ਆਈ ਸੀ ਸਰਲਾ ਸਰ ਤੋਂ ਪ੍ਰਸ਼ਾਦ ਆਪਣੇ ਲਈ, ਅਤੇ ਨਾਲ ਹੀ ਇਹ ਲੈ ਕੇ ਆਈ ਸੀ ਇੱਕ ਪਾਊਡਰ ਜਿਹੜਾ ਆਪਣੇ ਕਹਿੰਦੇ ਹੁੰਦੇ ਚਿੱਬੜ ਹੁੰਦੇ ਆ, ਛੋਟੇ ਕਚਰੀਆਂ ਵੀ ਕਹਿ ਦਿੰਦੇ, ਚਿੱਬੜ ਵੀ ਕਹਿ ਦਿੰਦੇ ਉਹਨਾਂ ਨੂੰ, ਅਤੇ ਉਹਨਾਂ ਦੀ ਚਟਨੀ ਆ ਜਿਹੜੀ ਬਹੁਤ ਸਵਾਦ ਬਣਦੀ ਹੈ ਨਾ। ਤੁਸੀਂ ਮੈਨੂੰ ਕਮੈਂਟ 'ਚ ਦੱਸਿਓ ਵੀ ਜੇਕਰ ਤੁਹਾਨੂੰ ਉਹਦੀ ਰੈਸਿਪੀ ਚਾਹੀਦੀ ਹੈ, ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਅਤੇ ਉਹਦਾ ਲੈ ਕੇ ਆਈ ਸੀ ਇਹ ਪਾਊਡਰ। ਹੈਲੋ ਜੀ, ਅਸੀਂ ਆ ਗਏ ਮਾਸੀ ਦੇ ਘਰੇ, ਲਓ ਜੀ ਪਾਣੀ ਵਗੈਰਾ ਉਹਨਾਂ ਨੇ ਪੀ ਲਿਆ ਸੀ, ਤੇ ਇਹਨੇ ਮੈਂ ਰੱਖਤੀ ਸੀ ਚਾਹ ਬਣੀ, ਚਾਹ ਆਪਣੀ ਬਣ ਚੁੱਕੀ ਆ, ਚਾਹ ਦੇ ਕੁਛ ਨਹੀਂ ਆਪਾਂ ਸਰਵ ਕਰਾਂਗੇ। ਬਸ ਭੁਜਿਆ ਤੇ ਬਿਸਕੁਟ ਹੀ ਸੀਗਾ ਇਸ ਟਾਈਮ ਮੇਰੇ ਕੋਲ, ਤੇਲ ਲੱਗਿਆ ਸੀ ਬੱਚਿਆਂ ਦੇ ਲਈ ਬਣਾਉਣਾ ਖਾਣ ਨੂੰ। ਇੱਥੇ ਕਿਚਨ 'ਚ ਨਾ ਇੰਨਾ ਜ਼ਿਆਦਾ ਖਿਲਾਰਾ ਪਿਆ ਹੁੰਦਾ ਨਾ ਕਿ ਕੋਈ ਵੀ ਜਦੋਂ ਗੈਸਟ ਵਗੈਰਾ ਆਵੇ ਹੈ ਨਾ, ਮੈਂ ਬਿਲਕੁਲ ਸਾਫ਼ ਕਰਕੇ ਰੱਖਿਆ ਸੀ, ਪਰ ਫਿਰ ਵੀ ਹੈ ਨਾ ਖਿਲਾਰਾ ਗਾ ਜਿਹੜਾ ਪੈ ਹੀ ਜਾਂਦਾ ਆਟੋਮੈਟਿਕਲੀ ਹੈ ਨਾ। ਅਤੇ ਇਹ ਮੇਰੀ ਸਿਸਟਰ ਦਾ ਵੀ ਜਿਹੜਾ ਹੈਗਾ ਯੂਟਿਊਬ ਚੈਨਲ ਹੈਗਾ ਹੈ ਨਾ, ਇਹਦਾ ਹੈਗਾ ਮਿਸਿਸ ਗਿੱਲ ਬਲੌਗਸ ਦੇ ਨਾਮ 'ਤੇ ਹੈ ਨਾ, ਅਤੇ ਇਹਨੇ ਹੁਣੀ ਸ਼ੁਰੂ ਕੀਤਾ ਹੈ ਨਾ। ਤੁਸੀਂ ਵੀ ਇਹਨਾਂ ਦੇ ਬਲੌਗ ਜਾ ਕੇ ਇਹਨਾਂ ਦੀ ਵੀਡੀਓ ਦੇਖਿਆ ਕਰੋ ਹੈ ਨਾ, ਇਹ ਵੀ ਬਸ ਡੇਲੀ ਰੂਟੀਨ ਦੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀ ਵੀਡੀਓ। ਅਤੇ ਲਓ ਜੀ ਇਹ ਆਪਣੀ ਵੀਡੀਓ ਇੱਥੇ ਇਹਨਾਂ ਨੇ ਵੀ ਸ਼ੂਟ ਕਰੀ ਸੀ ਆਪਣੇ ਚੈਨਲ 'ਤੇ ਵੀ ਪਾਊਗੀ। ਅਤੇ ਬਸ ਮੈਂ ਇੱਥੇ ਲੱਗੀ ਸੀ ਇਹਨਾਂ ਨੂੰ ਚਾਹ ਪਾਣੀ ਕਰਨ, ਬੱਚੇ ਆਪਦਾ ਲੱਗੇ ਰਹੇ ਖਾਣ ਪੀਣ, ਅਤੇ ਲੇਜ਼ ਵਗੈਰਾ ਹੀ ਹੁੰਦਾ ਨਾ ਬੱਚਿਆਂ ਨੂੰ ਜ਼ਿਆਦਾਤਰ, ਬਸ ਉਹੀ ਲੱਗੇ ਪਏ ਨੇਗੇ ਖਾਣ ਆਪਦਾ। ਅਤੇ ਹੁਣ ਲੱਗਿਆ ਹੋਇਆ ਆਪਣਾ ਮਸਤੀ ਕਰਨ ਅਤੇ ਨਾਲ ਹੀ ਖੇਡਣ। ਅਤੇ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਅਤੇ ਅਗਲਾ ਪਾਰਟ ਆਪਾਂ ਨੈਕਸਟ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।